हाँ जी गुड मॉर्निंग, की हाल चाल ते सारा देते हैं। व्लॉग का वेट जिन्ना सानू सी उन्ना ही तुहानू सारयां नू सी, क्योंकि आपां लोकी वेट कर रहे सी किचन दा काम कदों मुक गए। वेलकम बैक, इक होर वधिया जा व्लॉग, व्लॉग मतलब किचन टूर व्लॉग। सो फाइनली आ गए तुहाडे लई किचन टूर व्लॉग बना के, इंजॉय करो। तो बस इतना ही है कि पहले प्राइसिंग की गल जी हूँ इतने कहो प्राइसिंग दस प्राइस तो अगले ब्लॉग से दसागे, तो क्योंकि इस तो बाद सू हाले कारी इस चीज़ की पी है ब्लॉग फटाफट अगला शूट कर लिए, उस तो बाद किचन से समान क्योंकि पिछे ही पे। हाँ तो पहले तो चेक करो सा सिनेमैटिक शूट्स, फिर आप चालू करा तुम दसना कि डिटेल कि सारा कुछ किया है ना। सिनेमैटिक शूट वेख ले ते हुण जसमीत ते मम्मी मिलके तुहानू सारी डिटेल दसणगे, ठीक है। तो विच विच मैं तुहानू दस दूंगा की समान किदां किदां होया। तो चालू करते व्लॉग, तो पसंद आया होगा कि जो तो हूँ तक फटाफट सबसक्राइब तो चैनल लाइक और सॉरी चैनल में सबसक्राइब तो वीडियो लाइक जरूर करो, ठीक है। तो लाइटिंग ऑन करके दिखाई जी सब ने सिनेमैटिक शूट क्योंकि अलमारी का लुक ओहदे नाल ही निकलना ना सही। दोनों साइड लाइट्स लगिया हुई है, दो कच दी शेल्फा पाई चीज है रोज गोल्डन अलमोनियम की जो डोर है रोज गोल्डन अलमोनियम शीशे लगा वह भी गोल्डन लगा। इस पोर्शन च लाइट नहीं लगवाई क्योंकि इतने दिखनी नहीं सी, माइक्रोवेव आ जाना सी तां करके, सो लाइट इथे तक आ गई थले तक आराम छोलिया ना ਇਹ ਖੋਲਣ ਤੋਂ ਬਾਅਦ ਇਹਨੂੰ ਆਰਾਮ ਨਾਲ ਪੁਸ਼ ਕੀਤਾ ਇਹਨੇ ਆਟੋਮੈਟਿਕ ਹੀ ਆਪਣਾ ਬੰਦ ਕਰ ਜਾਣਾ। ਹਾਂ ਤੇ ਸਭ ਤੋਂ ਫੇਵਰਟ ਪੋਰਸ਼ਨ ਅਸੀਂ ਰਾਸ਼ਨ ਰੱਖਣਾ। ਹਾਂ ਇਹ ਰਾਸ਼ਨ ਕਿਉਂਕਿ ਇੱਥੇ ਇੱਕ ਅਲਮੀਰਾ ਖੜੀ ਹੁੰਦੀ ਹੈ ਫ੍ਰਿਜ ਦੀ ਥਾਂ ਤੇ, ਤੇ ਉਸ ਜਗ੍ਹਾ ਤੇ ਆਪਾਂ ਇਹ ਬਣਾਤੀ ਹੈ ਜਿਹੜੀ ਅਲਮੀਰਾ ਕਈਆਂ ਨੂੰ ਬਹੁਤ ਪਸੰਦ ਹੈ, ਪ੍ਰਾਈਸ ਵੀ ਪੁੱਛਦੇ ਆ ਕੋਈ ਮਹਿੰਗੀ ਨਹੀਂ ਹੈ 900 ਦੀ। ਹਾਂ ਸੋ ਇੱਥੇ ਸਾਡਾ ਸਾਰਾ ਰਾਸ਼ਨ ਆ ਗਿਆ, ਅਜੇ ਇਹ ਸਾਫ਼ ਕਰਨ ਵਾਲੇ ਸਾਡੇ ਰਹਿੰਦੇ ਆ ਦੋ ਚਾਰ ਚੀਜ਼ਾਂ। हर कोई मतलब ना अजकल हैंडल लगवांदा अलमारियां नूं भी जान के सब प्रोफाइल हैंडल कहिंदे आ, ते आपां स्पेशल लिखवाया कि मैनूं अच्छा लगदा कि नाल पता भी नहीं लगदा डोर खोलना किधरों। सैंडविच मेकर रखिए कुछ
ਟੋਸਟਰ ਰੱਖਾਂਗੇ ਟੋਸਟਰ ਰੱਖੀ ਪਾਪ ਅਪ ਟੋਸਟਰ ਆਪਾਂ ਨੇ ਆਣਾ ਆ ਸੋ ਆਪਾਂ ਉਹ ਇੱਥੇ ਬਹੁਤ ਤਰੀਕੇ ਨਾਲ ਇੱਕ ਦੋ ਚੀਜ਼ਾਂ ਸੈਟ ਕਰਾਂਗੇ ਜੋ ਇੱਥੇ ਆ ਗਈਆਂ ਹੁਣ ਮੰਮੀ ਆ ਦਿਖਾਓ ਦੋ ਡੋਰ ਅਸੀਂ ਅਸੀਂ ਦੋ ਡੋਰ ਬਣਾਇਆ ਇੱਥੇ ਅਸੀਂ ਰੱਖਾਂਗੇ ਇਹ ਆਟੋਮੈਟਿਕਲੀ ਖੁੱਲ ਜਾਂਦੇ ਆ ਮਾੜਾ ਜਿਹਾ ਚੱਕੋ ਤੇ ਮਾੜਾ ਜਿਹਾ ਹੱਥ ਕਰਨਾ ਪੈਂਦਾ ਇਹਨੂੰ ਇਸ ਤਰ੍ਹਾਂ ਹਲਕਾ ਜਿਹਾ ਕਰੋ ਤੇ ਆਪਣੇ ਆਪ ਬੰਦ ਵੀ ਹੋ ਜਾਂਦਾ चकना खुल जूगा ठीक है सानू भी आदत स्लोली स्लोली पेगी हाथ गंदा मैं दिखाना तेरा हाथ गंदा इधरों बंद होंगी ऑन होंगी सानू जसमीत कौर जी हाथ ऐदा करना दबाना तीन सात अठ मिनट पिछे डब्बी लगी सारा गंदा घ्यो जो भी आजूगा ਉਹ ਸਾਰੀ ਲਿਸਟ ਆਪਾਂ ਬਣਾਈ ਹੋਈ ਆ ਹਾਂ ਸੋ ਉਹ ਸੈਂਸਰ ਵਾਲੀ ਸੀਗੀ ਸੋ ਵਧੀਆ ਹੁੰਦਾ ਜੇ ਕਦੀ ਕੁਕਿੰਗ ਕਰਦੇ ਹੋਏ ਹੱਥ ਵਗੈਰਾ ਕਰਨਾ ਹੁੰਦਾ ਸੋ ਇੱਥੇ ਨਹੀਂ ਲੱਗੂਗਾ ਸੋ ਫਿਰ ਉਹ ਹੈਂਡ ਦੇ ਇਸ਼ਾਰੇ ਨਾਲ ਚੱਲੂਗੀ ਠੀਕ ਹੈ ਤੇ ਇਹਨੂੰ ਹੁਣ ਆਪਾਂ ਕਰਦੇ ਆ ਬੰਦ ਬੰਦ ਹੋ ਚੱਲਦੇ ਆ ਬੇਟਾ ਉੱਪਰ ਤੇ ਸਾਨੂੰ ਅਨਾਸ ਕੌਰ ਜੀ ਨੂੰ ਡਿਸਟਰਬ ਕਰਨ ਆ ਗਏ ਵਿਚਕਾਰ ਤੇ ਮੰਮਾ ਨੂੰ ਪਤਾ ਨਹੀਂ ਕਿਹੜੇ ਜਾਉ ਮੰਮੀ ਨੂੰ ਦਿਖਾ ਕੇ ਲਾ ਨਹੀਂ ਨਹੀਂ ਹਲੇ ਨਹੀਂ ਮੀਂਹ ਪੈ ਰਿਹਾ ਹਾਂ ਬੇਟੇ ਬਾਬਾ ਜੀ ਪਾਣੀ ਪਾ ਰਹੇ ਇਹਨਾਂ ਦਾ ਵੀ ਚੱਲਦਾ ਚੁੱਲ੍ਹਾ ਆਪਾਂ ਚੇਂਜ ਨਹੀਂ ਕੀਤਾ ਪਲਾਨ ਸੀਗਾ ਬਟ ਚੁੱਲ੍ਹਾ ਹਜੇ ਸਾਡਾ ਸਹੀ ਹੈ ਥੋੜੇ ਟਾਈਮ ਤੱਕ ਆਪਾਂ ਚੇਂਜ ਕਰਾਂਗੇ ਮੇਨ ਸੱਚਾਈ ਵਾਲੀ ਗੱਲ ਸਾਡਾ ਬਜਟ ਨਹੀਂ ਸੀ ਹੁਣ ਹਾਂ ਠੀਕ ਹੈ ਨਹੀਂ ਤਾਂ ਆਪਾਂ ਵੀ ਚੇਂਜ ਕਰ ਦੇਣਾ ਸੀ ਪਰ ਨਹੀਂ ਲੋੜ ਨਹੀਂ ਹੈਗੀ ਹਜੇ ਸਾਨੂੰ ਸੋ ਠੀਕ ਆ ਹਜੇ ਚੱਲੂਗਾ ਉਸ ਤੋਂ ਬਾਅਦ ਇੱਕ ਡਰਾਅਰ ਆਪਾਂ ਐਡ ਕਰਾਇਆ ਇਹਦੇ ਵਿੱਚ ਲਾਈਟ ਦੀ ਡੱਬੀ ਪਈ ਹੈ ਹਲੇ ਇਹਨੂੰ ਪਿੱਛੇ ਇਹਨਾਂ ਨੇ ਚਿਪਕਾਣਾ ਭਾਈ ਨੇ ਇਹਨੂੰ ਚਿਪਕਾਣਾ ਹਲੇ ਤੇ ਇਹ ਚ ਐਪ ਇੱਥੇ ਵੀ ਸਮਾਨ ਰੱਖਿਆ ਆ ਸਕਦਾ ਪਿੱਛੇ ਵੀ ਪਰ ਉੱਪਰ ਚੱਕਣਾ ਕਿੱਦਾਂ ਹੈ ਸਾਨੂੰ ਨਹੀਂ ਪਤਾ ਇਹ ਸਾਨੂੰ ਨਹੀਂ ਮੰਮੀ ਨੇ ਸਟੂਲ ਬਣਵਾਇਆ ਕੱਲ ਨਵਾਂ ਜੋ ਮੰਮੀ ਨੇ ਪੀੜੀ ਬਣਾਈ ਉਹ ਤੇ ਚੜ ਕੇ ਚੱਕਣਾ ਪੈਣਾ ਪਰ ਉਹੀ ਸਮਾਨ ਰੱਖਾਂਗੇ ਜਿਹੜਾ ਥੋੜਾ ਰੇਅਰ ਯੂਜ਼ ਹੁੰਦਾ ਹੈ ਸਾਨੂੰ ਜਿਹੜਾ ਮੇਨ ਮੇਨ ਯੂਜ਼ ਹੁੰਦਾ ਹੈ ਐਪ ਪੋਸ਼ਰਾਂ ਤੇ ਆਊਗਾ ਤੇ ਡ੍ਰੌਪਸ ਦੇ ਵਿੱਚ ਆਊਗਾ ਹਾਂ ਤੇ ਇਹ ਦੋਨੋਂ ਵੀ ਸੇਮ ਇਦਾਂ ਹੀ ਬਣੇ ਆ ਉਹਦੇ ਵਰਗੀ ਦੋਨੋਂ ਸੇਮ ਇਹਦੇ ਵਿੱਚ ਹਲੇ ਲੱਕੜ ਵਾਲਿਆਂ ਦਾ ਸਮਾਨ ਪਿਆ ਉਹ ਆਪਾਂ ਕੱਢਣਾ ਐ ਸੇਮ ਖੁੱਲਣਾ ਠੀਕ ਹੈ ਸੇਮ ਜਾਊਗਾ ਜਿਸ ਨੂੰ ਬੰਦ ਕਰ ਸਕਦੀ ਹੁਣ ਤੂੰ लंबी है ते हुन दस चला गया इसमें है टेंशन साडा आरओ आ गया आरओ दा साडा और आरओ दी टूटी भी दिखा देने आपा नाम आरओ दी टूटी है क्योंकि आपा इधर वाला पंगा नहीं पाया कि मोरा करके इथो सीधा पानी ले लिए क्योंकि फिर लकड़ खराब हुंदा डर रहंदा जे पानी पूरी ही रह गया ते फिर असि स्पेशल टूटी लगवा ली है आरओ दा पानी इथो आया करूंगा ते ऐसा बोट ऑटोमेटिक बंद होने वाले है ਇਹ ਆ ਗਿਆ ਸਾਡਾ ਭਾਂਡੇ ਰੱਖਣ ਵਾਲਾ ਸੈਕਸ਼ਨ ਭਾਂਡੇ ਰੱਖਣ ਵਾਲਾ ਆ ਗਿਆ ਕੋਲੀ ਚਮਚ ਇਹ ਥੱਲੇ ਅਸੀਂ ਸਪੇਸ ਛੱਡਿਆ ਸੀਗਾ ਨੀਚੇ ਬਟ ਇਹ ਚ ਇੱਕ ਵਧੀਆ ਚੀਜ਼ ਹੈ ਇੱਥੇ ਟ੍ਰੇ ਲੱਗੀ ਹੋਈ ਆ ਸੋ ਪਾਣੀ ਆ ਜੇ ਤੇ ਟ੍ਰੇ ਕੱਟ ਕੇ ਥਰੋ ਕਰ ਦਿਓ ਟ੍ਰੇ ਤੋਂ ਕੇ ਦੁਬਾਰਾ ਵਾਪਸ ਵਾਪਸ ਪਾ ਲਓ ਤੇ ਇਹ ਚੀਜ਼ ਬਹੁਤ ਵਧੀਆ ਤੇ ਜਸਮੀਤ ਕੌਰ ਨੂੰ ਹਲੇ ਕਹਿੰਦੇ ਨਾ ਹੌਲੀ 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 ਪਤਾ ਲੱਗੂਗਾ ਸਭ ਕੁਝ ਵੀ ਤੇ ਹਾਂ ਫਸਟ ਐਕਸਪੀਰੀਅੰਸ ਹੀ ਆ ਸਾਡਾ ਕਿਉਂਕਿ ਦਿੱਲੀ ਵਾਲੇ ਘਰ ਚ ਵੀ ਫੁੱਲੀ ਇਟਾਲੀਅਨ ਕਿਚਨ ਨਹੀਂ ਸੀ ਸਾਡੀ ਇਟਾਲੀਅਨ ਕਿਚਨ ਆ ਠੀਕ ਆ ਪੂਰੀ ਦੀ ਪੂਰੀ ਹੈਨਾ ਕਈ ਲੋਕਾਂ ਨੇ ਸਾਨੂੰ ਕਿਹਾ ਕਿ ਸਿੰਕ ਚੌੜਾ ਘੱਟ ਹੈ ਐਕਚੁਅਲੀ ਸਾਡੀ ਕਿਚਨ ਦੇ ਅਕੋਰਡਿੰਗ ਸਾਈਜ਼ ਬਿਲਕੁਲ ਸਹੀ ਹੈ ਅਗਰ ਅਸੀਂ ਜ਼ਿਆਦਾ ਵੱਡਾ ਲੈਂਦੇ ਤਾਂ ਸਿੰਕ ਹੀ ਇੱਥੋਂ ਤੱਕ ਆ ਜਾਣਾ ਸੀਗਾ ਫਿਰ ਸਾਡੇ ਲਈ ਸਪੇਸ ਨਹੀਂ ਸੀ ਬਚਣਾ ਬਜਟ ਡੂੰਗੀ ਬਹੁਤ ਜ਼ਿਆਦਾ ਸੋ ਸਾਡੇ ਲਈ ਸਫੀਸ਼ੀਐਂਟ ਹੈਗੀ ਹੈ ਨਾਲ ਹੈ ਟ੍ਰੇ ਹੈਗੀ ਹੈ ਚਮਚ ਕੜਛੀਆਂ ਵਗੈਰਾ ਜਿਹੜਾ ਮੂਰਤ ਆਪਾਂ ਕਰ ਚੁੱਕੇ ਆ ਧੋਣ ਤੋਂ ਹੋਈਏਗਾ ਔਰ ਇਹ ਟੈਪ ਲਗਵਾਈ ਹੈ ਇੱਕ ਅਸੀਂ ਇਹ ਰੋਟੇਟ ਹੋ ਜਾਂਦੀ ਹੈ ਇੱਧਰ ਲੈ ਜਾਓ ਭਾਵੇਂ ਇੱਧਰ ਲੈ ਜਾਓ डायरेक्ट पानी की टूटी दाने दिख रहे जी ब्लैकिश दाने वाला पत्थर जो भी बहुत सोहना लग रहा है
ठीक है। उस तो बाद मेन आ गई जसमीत, जो टाइलां लग रही है जसमीत कहते टाइलां च भी बहुत खासियत गल है। खासियत गल की है टाइलां देख सकते हो, टाइलां ते माड़े 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 जे डिजाइन है। टाइलां च खासियत है सेंटर च देखो तुसी गोल्डन टच च अपना जो है हुंदी है ना शिमर की कहंदे उनु स्पार्कल स्पार्कल जी फिल कराई हुई है पूरी सब कुछ ऑपरेट इस स्विचा तो करता है। ममा एक गल दसो स्विचेस मम्मी मैं की सोचे तुसी जदों किचन आपां तैयार कर रहे सी लेकिन ओ पुराने टाइप दियां थले जो लगा ना ए छोटे छोटे शोकर है सानू लकड़ सिर्फ ए लगी ए लगी ते ए लगी ते ए सारा लोहे दे विच ही है सुन सकते हो इनू टेंडम कहंदे ने मेनू तो पहली बार नहीं तो मम्मी की आपां की लगांदे सी पहले की हुंदा सी उह जिहड़ा कैचर पता नहीं रैचेट पता नहीं इदां नाम सी उहदा है ना ते उह लगांदे हुंदे सी। अरू बंद करी इहनू, अरू इहनू बंद करी, अरू देखो अरू बंद करेगी इहनू बंद कर दे ए बस छड्ड दो ए वेखो ऑटोमैटिक ही चले जाऊगा ठीक है। ए भी हो गया। इस तों बाद मेन चीज जो हुण तुसीं आप साडे सिनेमैटिक शूट्स दे विच वेख्या कटलरी स्टैंड मतलब जो पुरानी किचन देखिए पुरानी किचन नवी किचन फर्क देखने मिले है। पुरानी किचन की सी है ना मम्मी बिलकुल ही खत्म एक इन्ने जे पोर्शन चेंज करना साडा ए भी पोर्शन सुधर जाएगा। अगले ब्लॉग च दसांगे चला गया ना आपे भी थले रखा हां चलो ठीक है। अरनाज ने खोल के दिखाओ अगला ओके ठीक है। ए बने सुरंग साड़ी बड़ी बड़ी सुरंग है इतने तो लेट लेट के जावांगे और इतने भी शेल्फ पाई हुई है अंदर जान के गिर गई छड़ दे आपे हो जाएगा ठीक है। अनाज ते बह बह के चेक कर रही है टोकरी रख दो मिक्स करके भी रख दांगे तां कोई दिक्कत नहीं है। उस तो बाद एक ए थले चीनी वाला ड्रम रखने लई रखा भी होया देखो ਉਹ ਚੈੱਕ ਕਰ ਰਹੇ ਸੀ ਨਾ ਰੱਖ ਰੱਖ ਕੇ ਠੀਕ ਹੈ ਚੀਨੀ ਵਾਲਾ ਡਰਮ ਹੋ ਗਿਆ ਮਿੱਟੀ ਨਾਲ ਭਰਿਆ ਕਿਉਂਕਿ ਉਸ ਟਾਈਮ ਮਿੱਟੀ ਸਾਡੇ ਘਰ ਬਹੁਤ ਸੀ ਹਾਂ ਹੁਣ ਆਪਾਂ ਇਹਨਾਂ ਸਭ ਨੂੰ ਸਾਫ਼ ਕਰਾਂਗੇ ਹੁਣ ਠੀਕ ਹੈ ਤੇ ਹੁਣ ਆ ਗਈ ਸਭ ਤੋਂ ਵੱਡੀ ਪ੍ਰੋਬਲਮ ਆਈ ਸੀ ਆਰ ਉਹਦੀ पहले तुम किसी ने दसा नहीं मम्मी इन्हें दसा कि पानी की लीकेज करना टूटी थले लैके आए टूटी थले लिया तो बाद छत्ती प्रॉब्लम
ਪਾਣੀ ਦਾ ਪ੍ਰੈਸ਼ਰ ਨਹੀਂ ਸੀ ਪਾਣੀ ਲੀਕ ਹੋ ਰਿਹਾ ਸੀ ਤੇ ਉਹਦੇ ਵਾਸਤੇ ਅਸੀਂ ਇੱਕ ਛੋਟੇ ਜਿਹੇ ਡੱਡੂ ਲਿਆ ਕੇ ਲਾਇਆ ਡੱਡੂ ਹਾਂ जसमीत कौर जी दस दिया पुरानी सेल्फ तोड़ी ते सारा कुछ ए टू जेड नवा बनिया ठीक है फ्रिज ना जाके टच नहीं करना चाहिए तेन लगवाना ही लगवाना है लग गया अंदर खतरा ही खत्म शुरुआत की किचन की घर की भी शुरुआत जल्दी करने वाले प्यार दे सपोर्ट दिखायो किचन टूर शेयर करो सब किसी ने काम कराना है ते साड़ी वीडियो वेख के अपने किचन सोहनी जी एहो जी बना सकदा समाप्ति प्राइजिंग जिन्ने भी रहन गे नहीं पहले बनूगा प्रसाद फिर बनूगा होर कुछ ठीक है हाँ जो भी बनूगा मिठा आप पहले घर बनावांगे पहले बनूगा मिठा फिर आप अगे देखांगे है ना ते बाकी ए व्लॉग दी करदे समाप्ति अरनाज किचन अच्छी लगी होवे ते चैनल की करना है सब्सक्राइब वीडियो नू लाइक ठीक है ते फटाफट प्यार देना बाय बाय अनाज बाय बाय लव यू पारी।